पटियाला च जनहित सेवा समिति वालों अपना सालाना समागम स्टेट कॉलेज ऑफ एजुकेशन च करवाया गया। इस मौके ते पंजाब दे सेहत मंत्री ब्रह्म महिंद्रा मुख मेहमान वजो शामिल हुए। इस मौके ते संस्था वालों 1250 के करीब लोड़वंद विद्यार्थियों नूं किताबां अते कापियां ते वर्दियां वंडियां गईआं। संस्था वालों किते काजां संबंधी कैबिनेट मंत्री ब्रह्म महिंद्रा ने जानकारी दित्ती अते कहा कि ओह वी लंबे समय तों संस्था नाल जुड़े हुए ने। ਰਜਿੰਦਰਾ ਹਸਪਤਾਲ ਅੰਦਰ ਪਾਈਆਂ ਜਾ ਰਹੀਆਂ ਖਾਮੀਆਂ ਸੰਬੰਧੀ ਉਹਨਾਂ ਕਿਹਾ ਕਿ ਉਹ ਰਜਿੰਦਰਾ ਹਸਪਤਾਲ ਨੂੰ ਮੁੜ ਬੁਲੰਦੀਆਂ ਤੇ ਲੈ ਕੇ ਜਾਣਗੇ। ਅਸੈਂਬਲੀ ਦੇ ਵਿੱਚ ਬਜਟ ਆਉਣਾ ਹੈ, ਬਜਟ ਤੋਂ ਬਾਅਦ ਮੈਂ ਸਮਝਦਾ ਕਿ ਅਸੀਂ ਰਜਿੰਦਰਾ ਹਸਪੀਟਲ ਦੇ ਸੁਧਾਰ ਵੱਲ ਬਹੁਤ ਧਿਆਨ ਲਾਉਣਾ ਹੈ। ਔਰ ਮੈਂ ਇੱਕ ਤੁਹਾਡੇ ਦਰਸ਼ਕਾਂ ਨੂੰ ਮੈਂ ਇਸ ਗੱਲ ਨੂੰ ਅਸ਼ੋਰ ਕਰਨਾ ਚਾਹੂੰਗਾ ਕਿ ਜਿਹੜੀ ਗਲੋਰੀ ਅੱਜ ਤੋਂ 20 ਸਾਲ ਪਹਿਲਾਂ ਰਜਿੰਦਰਾ ਹਸਪੀਟਲ ਦੀ ਸੀਗੀ, PGI ਦੇ ਬਰਾਬਰ ਦਾ ਹਸਪਤਾਲ ਗਿਣਿਆ ਜਾਂਦਾ ਸੀ, ਇਹਦੀ ਗਲੋਰੀ ਵਾਪਸ ਆਊਗੀ, ਇਹ ਮੈਂ ਅਸ਼ੋਰ ਕਰਨਾ ਚਾਹੁੰਦਾ। ਮੈਂ ਉਹ ਸਾਰੀ ਇਨਕੁਆਇਰੀ ਕਰਾ ਰਿਹਾ, ਆਲਰੇਡੀ ਮੈਂ ਲੱਗਿਆ ਹੋਇਆ ਇਸ ਕੰਮ 'ਤੇ। ਮੇਰਾ ਖਿਆਲ ਨਹੀਂ ਤੁਸੀਂ ਇਹ ਕੁਛ ਥੋੜ੍ਹੀ ਜਿਹੀ ਗੱਲ ਥੋੜ੍ਹੀ ਜ਼ਿਆਦਾ ਕਰ ਰਹੇ ਹੋ, ਡਾਕਟਰਸ ਪੂਰੇ ਅਵੇਲੇਬਲ ਹੈ, ਜੇ ਕੋਈ ਕਮੀ ਹੋਊਗੀ ਪੂਰੀ ਕਰੂੰਗਾ। ਸਾਡੇ ਤਕਰੀਬਨ ਅੱਜ 150 ਸਕੂਲ ਤੋਂ ਉੱਪਰ 1000 ਬੱਚੇ ਪਾਰਟੀਸਪੇਟ ਕਰ ਰਹੇ ਹਨ, ਜਿਹਦੇ ਅਸੀਂ ਯੂਨੀਫਾਰਮ, ਬੁੱਕਸ, ਉਹਨਾਂ ਦੇ ਬੈਗ, ਉਹਨਾਂ ਦੀਆਂ ਸਲੇਟਾਂ ਔਰ ਉਹਨਾਂ ਦੀਆਂ ਫੀਸ ਵਗੈਰਾ ਅਸੀਂ ਬੱਚੇ ਅਡੋਪਟ ਕਰ ਰਹੇ ਹਾਂ। ਅਤੇ ਕੁਛ ਅਸੀਂ ਪਰਟੀਕੁਲਰ 21 ਟੀਚਰ ਜਿਹੜੇ ਗੌਰਮੈਂਟ ਦੇ ਹਾਂ ਉਹਨਾਂ ਨੂੰ ਓਨਰ ਕਰ ਰਹੇ ਹਾਂ, ਜਿਹੜੇ ਬੜੇ ਸਿੰਸੈਰਟੀ ਦੇ ਨਾਲ ਆਪਣੀ ਸਰਵਿਸ ਕਰ